ਮੇਰੇ ਨਾਲ ਪਵਨ ਜੀ ਨੇ ਇਸ ਸਾਈਡ ਖੜੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਸਾਡਾ ਬਹੁਤ ਬਹੁਤ ਸਵਾਗਤ ਹੈ ਵੈਲਕਮ ਜੀ ਜਗਬਾਣੀ ਨੂੰ ਪਹਿਲਾਂ ਬਹੁਤ ਬਹੁਤ ਸ਼ੁਕਰੀਆ ਪੰਜਾਬ ਕੇਸਰੀ ਨੂੰ ਸ਼ੁਕਰੀਆ ਚੋਪੜਾ ਸਾਹਿਬ ਨੂੰ ਸ਼ੁਕਰੀਆ ਸਭ ਨੂੰ ਸ਼ੁਕਰੀਆ ਚੋਪੜਾ ਚੋਪੜਾ ਹਾਂ ਕਿਉਂਕਿ ਜਿਹੜੇ ਸਾਨੂੰ ਤਕਰੀਬਨ ਸਾਡੇ ਡੈਡੀ ਵੀ ਬੜੇ ਖੁਸ਼ ਹੁੰਦੇ ਸਨ ਅਤੇ ਸਾਨੂੰ ਅੱਜ ਵੀ ਯਾਦ ਹੈ ਕਿ ਚੋਪੜਾ ਖਾਨਦਾਨ ਦਾ ਕੋਈ ਵੀ ਬੰਦਾ ਮਿਲ ਜਾਏ ਉਹ ਪੁਰਾਣੀ ਪਹਿਲਾਂ ਗੱਲਾਂ ਸ਼ੁਰੂ ਕਰਦੇ ਸੀ ਵੀ ਤੁਸੀਂ ਪਿੱਛੋਂ ਕਿੱਥੋਂ ਅਤੇ ਚੋਪੜਾ ਸੋ ਚੋਪੜਾ ਵੀ ਇਲਾ ਵਿੱਚ ਹੈ ਤਾਂ ਦੇਰ ਇਜ਼ ਨੋ ਡਾਊਟ ਬਟ ਮੈਨੂੰ ਇਹਦੇ 'ਚ ਕੋਈ ਖਾਸ ਫਰਕ ਨਹੀਂ ਹੁੰਦਾ ਕਿ ਬਈ ਕੋਈ ਚੋਪੜਾ ਕੋਈ ਖਾਸ ਸਪੈਸ਼ਲ ਹੁੰਦਾ ਤਾਂ ਸੂਦ ਕੋਈ ਖਾਸ ਸਪੈਸ਼ਲ ਨਹੀਂ ਹੁੰਦਾ ਸੂਦ ਇਜ਼ ਲਾਈਕ ਮਾਈ ਯੰਗਰ ਬ੍ਰਦਰ ਸੋ ਵੀ ਆਰ ਵਰਕਿੰਗ ਟੁਗੈਦਰ ਫਰੋਮ ਦਾ ਲਾਸਟ ਸੋ ਮੈਨੀ ਈਅਰਸ ਅਸੀਂ ਬੜੇ ਸਾਲਾਂ ਤੋਂ ਬੜੇ ਟਾਈਮ ਤੋਂ ਅਸੀਂ ਇਕੱਠੇ ਕੰਮ ਕਰ ਰਹੇ ਹਾਂ ਪਹਿਲਾਂ ਟੈਲੀਵਿਜ਼ਨ ਅਸੀਂ ਪ੍ਰੋਡਿਊਸ ਕਰਦੇ ਰਹੇ ਹਾਂ ਹੁਣ ਫਿਲਮਾਂ ਦੇ ਵਿੱਚ ਅਸੀਂ ਆ ਗਏ ਹਾਂ ਹੁਣ ਥੋੜ੍ਹਾ ਰੀਜਨਲ ਤੋਂ ਸ਼ੁਰੂ ਕਰ ਰਹੇ ਹਾਂ ਅਤੇ ਅੱਗੇ ਜਿਹੜੇ ਦੋ ਤਿੰਨ ਪ੍ਰੋਜੈਕਟ ਆਉਣ ਵਾਲੇ ਨੇ ਜੋ ਉਹ ਬੜੇ ਡਿਸਕਸ ਹੋ ਰਹੇ ਨੇ ਬੜੇ ਫਾਈਨਲ ਸਟੇਜ 'ਤੇ ਨੇ ਸ਼ੁਰੂਆਤ ਅਸੀਂ ਪਹਿਲਾਂ ਉਹੀ ਚੰਨ ਉਹੀ ਰਾਤਾਂ ਕਿਉਂਕਿ ਉਹੀ ਚੰਨ ਉਹੀ ਰਾਤਾਂ ਦਾ ਜਿਹੜਾ ਜਦੋਂ ਅਸੀਂ ਸਟੋਰੀ ਸੁਣੀ ਹੈ ਨਾ ਉਹਨੇ ਸਾਨੂੰ ਇੰਨਾ ਮਤਲਬ ਅਸੀਂ ਉਹਦੇ ਤੋਂ ਮੁਤਾਸਿਰ ਹੋਏ ਸਟੋਰੀ ਤੋਂ ਦੋਨੋਂ ਜਣੇ ਕਿ ਵੀ ਸ਼ੁੱਡ ਡੈਫੀਨੇਟਲੀ ਮੈਂ ਕਹਿੰਦੀ ਦੀ ਪਿਕਚਰ ਸਾਡੀ ਬਣਨੀ ਹੀ ਚਾਹੀਦੀ ਹੈ ਜ਼ਰੂਰ ਬਣਨੀ ਚਾਹੀਦੀ ਹੈ ਅਤੇ ਤਾਂ ਹੀ ਅਸੀਂ ਫਟਾਫਟ ਸਾਡੇ ਜਿਹੜੇ ਡਾਇਰੈਕਟਰ ਨੇ ਸੁਖਬੀਰ ਸਹੋਟਾ ਜੀ ਉਹਨਾਂ ਦਾ ਲਿਖਿਆ ਸਾਰਾ ਕੁਛ ਹੈ ਉਹਦੇ 'ਚ ਅਤੇ ਐਜ਼ ਇਟ ਇਜ਼ ਤੁਹਾਨੂੰ ਤੁਸੀਂ ਉਹਨਾਂ ਨੂੰ ਅਗਰ ਮਿਲਿਓ ਇੰਨੇ ਹੰਬਲ ਜਦੋਂ ਐਕਸਪ੍ਰੈਸ ਕਰਦੇ ਨੇ ਸਟੋਰੀ ਨੂੰ ਇੰਝ ਲੱਗਦਾ ਕਿ ਜਿਸ ਤਰ੍ਹਾਂ ਉਹੀ ਰੋਮੈਂਟਿਕ ਜਿਹੜਾ ਫੀਲ ਹੁੰਦੀ ਹੈ ਉਸ ਤਰ੍ਹਾਂ ਉਹਨੂੰ ਨਰੇਟ ਕਰਦੇ ਨੇ ਅਤੇ ਜਦੋਂ ਉਹ ਸਟੋਰੀ ਨੂੰ ਨਰੇਟ ਇੰਝ ਕਰਨਗੇ ਤਾਂ ਉਹਦਾ ਟ੍ਰੀਟਮੈਂਟ ਕੀ ਕਰਨਗੇ ਐਜ਼ ਅ ਡਾਇਰੈਕਟਰ ਸੋ ਦੈਟ ਇਜ਼ ਦ ਰੀਜ਼ਨ ਅਸੀਂ ਉਹਨਾਂ ਨਾਲ ਇਮੀਡੀਏਟਲੀ ਜੁੜ ਗਏ ਔਰ ਅਸੀਂ ਇਸ ਪਿਕਚਰ ਨੂੰ ਡਿਸਾਈਡ ਕੀਤਾ ਫਾਈਨਲਾਈਜ਼ ਕੀਤਾ ਔਰ ਅਸੀਂ ਫਲੋਰ 'ਤੇ ਲੈ ਕੇ ਆਏ ਹਾਂ ਹੁਣ ਦੇਖਦੇ ਹਾਂ ਕਿ ਮੈਨੂੰ ਲੱਗਦਾ ਕਿ ਚੰਨ ਜਿਹੜਾ ਉਹ ਚੜੇਗਾ ਜ਼ਰੂਰ 100% ਚੜੇਗਾ ਕੋਈ ਸ਼ੱਕ ਨਹੀਂ ਹੈ ਮੇਰੇ ਨਾਲ ਪਵਨ ਜੀ ਨੇ ਇਸ ਸਾਈਡ ਖੜੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਸਾਡਾ ਬਹੁਤ ਬਹੁਤ ਸਵਾਗਤ ਹੈ ਵੈਲਕਮ ਜੀ ਜਗਬਾਣੀ ਨੂੰ ਪਹਿਲਾਂ ਬਹੁਤ ਬਹੁਤ ਸ਼ੁਕਰੀਆ ਪੰਜਾਬ ਕੇਸਰੀ ਨੂੰ ਸ਼ੁਕਰੀਆ ਚੋਪੜਾ ਸਾਹਿਬ ਨੂੰ ਸ਼ੁਕਰੀਆ ਸਭ ਨੂੰ ਸ਼ੁਕਰੀਆ ਚੋਪੜਾ ਹਾਂ ਕਿਉਂਕਿ ਜਿਹੜੇ ਸਾਨੂੰ ਤਕਰੀਬਨ ਸਾਡੇ ਡੈਡੀ ਵੀ ਬੜੇ ਖੁਸ਼ ਹੁੰਦੇ ਸਨ ਅਤੇ ਸਾਨੂੰ ਅੱਜ ਵੀ ਯਾਦ ਹੈ ਕਿ ਚੋਪੜਾ ਖਾਨਦਾਨ ਦਾ ਕੋਈ ਵੀ ਬੰਦਾ ਮਿਲ ਜਾਏ ਉਹ ਪੁਰਾਣੀ ਪਹਿਲਾਂ ਗੱਲਾਂ ਸ਼ੁਰੂ ਕਰਦੇ ਸੀ ਵੀ ਤੁਸੀਂ ਪਿੱਛੋਂ ਕਿੱਥੋਂ ਅਤੇ ਚੋਪੜਾ ਸੋ ਚੋਪੜਾ ਵੀ ਇਲਾ ਵਿੱਚ ਹੈ ਤਾਂ ਦੇਰ ਇਜ਼ ਨੋ ਡਾਊਟ ਬਟ ਮੈਨੂੰ ਇਹਦੇ 'ਚ ਕੋਈ ਖਾਸ ਫਰਕ ਨਹੀਂ ਹੁੰਦਾ ਕਿ ਬਈ ਕੋਈ ਚੋਪੜਾ ਕੋਈ ਖਾਸ ਸਪੈਸ਼ਲ ਹੁੰਦਾ ਤਾਂ ਸੂਦ ਕੋਈ ਖਾਸ ਸਪੈਸ਼ਲ ਨਹੀਂ ਹੁੰਦਾ ਸੂਦ ਇਜ਼ ਲਾਈਕ ਮਾਈ ਯੰਗਰ ਬ੍ਰਦਰ ਸੋ ਵੀ ਆਰ ਵਰਕਿੰਗ ਟੁਗੈਦਰ ਫਰੋਮ ਦਾ ਲਾਸਟ ਸੋ ਮੈਨੀ ਈਅਰਸ ਅਸੀਂ ਬੜੇ ਸਾਲਾਂ ਤੋਂ ਬੜੇ ਟਾਈਮ ਤੋਂ ਅਸੀਂ ਇਕੱਠੇ ਕੰਮ ਕਰ ਰਹੇ ਹਾਂ ਪਹਿਲਾਂ ਟੈਲੀਵਿਜ਼ਨ ਅਸੀਂ ਪ੍ਰੋਡਿਊਸ ਕਰਦੇ ਰਹੇ ਹਾਂ ਹੁਣ ਫਿਲਮਾਂ ਦੇ ਵਿੱਚ ਅਸੀਂ ਆ ਗਏ ਹਾਂ ਹੁਣ ਥੋੜ੍ਹਾ ਰੀਜਨਲ ਤੋਂ ਸ਼ੁਰੂ ਕਰ ਰਹੇ ਹਾਂ ਅਤੇ ਅੱਗੇ ਜਿਹੜੇ ਦੋ ਤਿੰਨ ਪ੍ਰੋਜੈਕਟ ਆਉਣ ਵਾਲੇ ਨੇ ਜੋ ਉਹ ਬੜੇ ਡਿਸਕਸ ਹੋ ਰਹੇ ਨੇ ਬੜੇ ਫਾਈਨਲ ਸਟੇਜ 'ਤੇ ਨੇ ਸ਼ੁਰੂਆਤ ਅਸੀਂ ਪਹਿਲਾਂ ਉਹੀ ਚੰਨ ਉਹੀ ਰਾਤਾਂ ਕਿਉਂਕਿ ਉਹੀ ਚੰਨ ਉਹੀ ਰਾਤਾਂ ਦਾ ਜਿਹੜਾ ਜਦੋਂ ਅਸੀਂ ਸਟੋਰੀ ਸੁਣੀ ਹੈ ਨਾ ਉਹਨੇ ਸਾਨੂੰ ਇੰਨਾ ਮਤਲਬ ਅਸੀਂ ਉਹਦੇ ਤੋਂ ਮੁਤਾਸਿਰ ਹੋਏ ਸਟੋਰੀ ਤੋਂ ਦੋਨੋਂ ਜਣੇ ਕਿ ਵੀ ਸ਼ੁੱਡ ਡੈਫੀਨੇਟਲੀ ਮੈਂ ਕਹਿੰਦੀ ਦੀ ਪਿਕਚਰ ਸਾਡੀ ਬਣਨੀ ਹੀ ਚਾਹੀਦੀ ਹੈ ਜ਼ਰੂਰ ਬਣਨੀ ਚਾਹੀਦੀ ਹੈ ਅਤੇ ਤਾਂ ਹੀ ਅਸੀਂ ਫਟਾਫਟ ਸਾਡੇ ਜਿਹੜੇ ਡਾਇਰੈਕਟਰ ਨੇ ਸੁਖਬੀਰ ਸਹੋਟਾ ਜੀ ਉਹਨਾਂ ਦਾ ਲਿਖਿਆ ਸਾਰਾ ਕੁਛ ਹੈ ਉਹਦੇ 'ਚ ਅਤੇ ਐਜ਼ ਇਟ ਇਜ਼ ਤੁਹਾਨੂੰ ਤੁਸੀਂ ਉਹਨਾਂ ਨੂੰ ਅਗਰ ਮਿਲਿਓ ਇੰਨੇ ਹੰਬਲ ਜਦੋਂ ਐਕਸਪ੍ਰੈਸ ਕਰਦੇ ਨੇ ਸਟੋਰੀ ਨੂੰ ਇੰਝ ਲੱਗਦਾ ਕਿ ਜਿਸ ਤਰ੍ਹਾਂ ਉਹੀ ਰੋਮੈਂਟਿਕ ਜਿਹੜਾ ਫੀਲ ਹੁੰਦੀ ਹੈ ਉਸ ਤਰ੍ਹਾਂ ਉਹਨੂੰ ਨਰੇਟ ਕਰਦੇ ਨੇ ਅਤੇ ਜਦੋਂ ਉਹ ਸਟੋਰੀ ਨੂੰ ਨਰੇਟ ਇੰਝ ਕਰਨਗੇ ਤਾਂ ਉਹਦਾ ਟ੍ਰੀਟਮੈਂਟ ਕੀ ਕਰਨਗੇ ਐਜ਼ ਅ ਡਾਇਰੈਕਟਰ ਸੋ ਦੈਟ ਇਜ਼ ਦ ਰੀਜ਼ਨ ਅਸੀਂ ਉਹਨਾਂ ਨਾਲ ਇਮੀਡੀਏਟਲੀ ਜੁੜ ਗਏ ਔਰ ਅਸੀਂ ਇਸ ਪਿਕਚਰ ਨੂੰ ਡਿਸਾਈਡ ਕੀਤਾ ਫਾਈਨਲਾਈਜ਼ ਕੀਤਾ ਔਰ ਅਸੀਂ ਫਲੋਰ 'ਤੇ ਲੈ ਕੇ ਆਏ ਹਾਂ ਹੁਣ ਦੇਖਦੇ ਹਾਂ ਕਿ ਮੈਨੂੰ ਲੱਗਦਾ ਕਿ ਚੰਨ ਜਿਹੜਾ ਉਹ ਚੜੇਗਾ ਕੋਈ ਸ਼ੱਕ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ ਯੂਟਿਊਬ ਚੈਨਲ ਸਬਸਕ੍ਰਾਈਬ ਕਰੋ ਅਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ